ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਰਤਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਹੋਇਆ ਫਰਾਰ। ਤਾਂ ਛੋਟੇ ਭਰਾ ਦੇ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕੀਤਾ ਗਿਆ। ਜਿੱਥੇ ਤੁਸੀਂ ਜ਼ਮੀਨ ਪਿੱਛੇ ਭਰਾ ਭਰਾ ਦਾ ਕਤਲ ਕਰਦੇ ਤਾਂ ਜ਼ਰੂਰ ਸੁਣੇ ਹੋਣਗੇ, ਪਰ ਇੱਥੇ ਇਸ ਕਤਲ ਦਾ ਕਾਰਨ ਜਾਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤਾਂ ਪੂਰਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਵੱਡੇ ਭਰਾ, ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ, ਉਸਦਾ ਤਲਾਕ ਹੋ ਚੁੱਕਿਆ ਸੀ ਤੇ ਉਸਦਾ ਇੱਕ ਬੱਚਾ ਵੀ ਸੀ, ਅਤੇ ਇਸਦਾ ਨਾਲ ਹੀ ਛੋਟਾ ਭਰਾ ਉਹ ਵੀ ਵਿਆਹਿਆ ਗਿਆ ਸੀ। ਤਾਂ ਇਹ ਆਪਣੇ ਵੱਡੇ ਭਰਾ ਤੇ ਸ਼ੱਕ ਕਰਦਾ ਸੀ ਕਿ ਇਸਦੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸੰਬੰਧ ਨੇ, ਜਿਸ ਨੂੰ ਲੈ ਕੇ ਇਹਨਾਂ ਦੇ ਵਿੱਚ ਹਮੇਸ਼ਾ ਤਕਰਾਰ ਰਹਿੰਦੀ ਸੀ। ਤਾਂ ਉਸੇ ਦੌਰਾਨ ਇਹ ਆਪਸ ਦੇ ਵਿੱਚ ਲੜਨ ਲੱਗ ਜਾਂਦੇ ਨੇ, ਜਿਸ ਦੇ ਵਿੱਚ ਛੋਟੇ ਭਰਾ ਨੇ ਦਾਤਰ ਮਾਰ ਮਾਰ ਕੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਕਾਤਲ ਭਰਾ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਲਗਾਤਾਰ ਪੁਲਿਸ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇਸਨੇ ਆਪਣੇ ਵੱਡੇ ਭਰਾ ਦਾ ਕਤਲ ਕੀਤਾ। ਤਾਂ ਮੌਕੇ ਤੇ ਮੌਜੂਦ ਸ਼ਖਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਛੋਟੇ ਭਰਾ ਦੇ ਵੱਲੋਂ ਕਈ ਵਾਰ ਉਸਦੇ ਸਿਰ ਤੇ ਕੀਤੇ ਗਏ ਤੇ ਫਿਰ ਛਾਤੀ ਅਤੇ ਫਿਰ ਗਲੇ ਤੇ ਵਾਰ ਕਰਕੇ ਉਸ ਨੂੰ ਜਾਨੋਂ ਮਾਰਿਆ ਗਿਆ। ਤਾਂ ਇੱਕ ਸ਼ਖਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਤਾਂ ਬਚਾਉਣ ਦੇ ਚੱਕਰ ਦੇ ਵਿੱਚ ਉਸਦੀ ਉਂਗਲ ਤੇ ਦਾਤਰ ਵੱਜਦੀ ਹੈ, ਜਿਸ ਕਾਰਨ ਉਹ ਵੀ ਪਿੱਛੇ ਹਟ ਜਾਂਦਾ। ਤਾਂ ਜਿਵੇਂ ਹੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਰ ਜੋ ਨਾ ਇੱਕ ਲੜਕੀ ਆਈ ਹੈ ਜਿਹਦੀ ਇਹਦੇ ਨਾਲ ਰਿਲੇਸ਼ਨ ਰੱਖਦੀ ਸੀ, ਜਿਹਦੇ ਮੁੰਡੇ ਦਾ ਕਤਲ ਹੋਇਆ ਵਾ, ਅਤੇ ਉਹਨੇ ਆ ਕੇ ਇੱਕ ਦੂਸਰੇ ਮਤਲਬ ਦੂਸਰੇ ਨਾਲ ਦੀ ਨਾਲ ਬੋਲਣ ਲੱਗ ਪਏ, ਮੈਂ ਮਤਲਬ ਇੱਥੇ ਆਉਣਾ ਵਾ, ਮੈਂ ਰਹਿਣਾ ਵਾ, ਉਹ ਇੱਕ ਦੂਜੇ ਜਨਾਨੇ ਜਾਨੇ ਬੋਲ ਪਈਆਂ ਨੇ। ਉਹ ਬਾਅਦ 'ਚ ਉਹ ਫਿਰ ਮੁੰਡਾ ਜਿਹਾ ਨਿਕਾਹ ਸੀ, ਉਹ ਕਿਤੇ ਆਇਆ ਕੋਠੇ ਤੋਂ ਉਤਰ ਕੇ, ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੁੱਕਾ ਕੀਤਾ ਵਾ ਇਹਨਾਂ ਨੇ, ਅਤੇ ਉਹ ਗੱਲ ਨਹੀਂ ਬਣੀ, ਉਹ ਫਿਰ ਚੱਲ ਗਿਆ ਕੋਠੇ ਤੋਂ, ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ, ਹੁਣ ਫਿਰ ਵੇਖਿਆ ਨਹੀਂ, ਸੁਣਿਆ ਨਹੀਂ, ਮਾੜਾ ਨਹੀਂ ਲੱਗ ਪਿਆ ਦਾਤਰ ਦੇ, ਜਿਹਨੇ ਤੱਕ ਉਹਦੀ ਜਾਨ ਨਹੀਂ ਚਲੇ ਗਈ। ਪਹਿਲਾਂ ਇੱਥੇ ਦਾਤਰ ਦੋ ਤਿੰਨ ਵਾਰ ਥੱਲੇ ਸੁੱਟਿਆ, ਇੱਕ ਲੜਕਾ ਸਾਨੂੰ ਆ ਰਿਹਾ ਸੀ, ਉਹਦੀ ਉਂਗਲ 'ਤੇ ਮੇਰੇ ਸਾਹਿਬ ਲੱਤ ਗਈ ਹੋ ਰਹੀ ਵਿਚਾਰੇ ਦੀ, ਉਹ ਸਾਨੂੰ ਆਉਂਦਾ ਉਹਨੇ ਆਪਣੀ ਉਂਗਲ ਫੜੀ, ਉਹ ਨਿਕਲ ਗਿਆ। ਬਾਅਦ 'ਚ ਉਹਨੇ ਫਿਰ ਜਦੋਂ ਇਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ 'ਤੇ ਦਾਤਰ ਮਾਰੇ ਨੇ, ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦਾਤਰ, ਸਾਥੀ 'ਚ ਮਾਰੇ ਨੇ। ਬਾਅਦ 'ਚ ਉੱਥੋਂ ਬਾਂਹ ਫੜੀ ਉਹਦੀ ਅੰਦਰ ਲਿਆ ਕੇ ਖਿੱਚ ਕੇ, ਅੰਦਰ ਜਾ ਕੇ ਵੀ ਉਹਨੇ ਸੱਟਾਂ ਕਢਾਈਆਂ ਨੇ। ਉਸ ਤੋਂ ਬਾਅਦ ਜੋ ਉਹਦੀ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ, ਉਹ ਕੋਠੇ 'ਤੇ ਚੜ ਗਿਆ ਲੈ ਕੇ ਆਪਣੀ ਨਾਲ ਦੀ ਨੂੰ। ਉਸ ਤੋਂ ਬਾਅਦ ਫਿਰ ਲੋਕ ਪਬਲਿਕ ਇਕੱਠੀ ਹੋਣ ਲੱਗੀ, ਸਾਰੇ ਲੋਕ ਵਾਜਾ ਦੇ ਕਿ ਰੁਕ ਜਾਓ, ਰੁਕ ਜਾ, ਮੁੜ ਜਾ, ਮੁੜ ਜਾ, ਮੁੜ ਜਾ, ਹੀਰੇ ਮੁੜ ਜਾ। ਮਤਲਬ ਉਹਦੇ ਖੂਨ ਸਵਾਰ ਸੀ ਉਹਦੇ ਸਿਰ 'ਤੇ, ਉਹਦਾ ਨਾਂ ਜਿਹਾ ਸੀ, ਉਹਦੇ 35-37 ਸਾਲ ਦੇ ਲਾਗੇ ਉਮਰ ਸੀ ਉਹਦੀ ਸਰ। ਉਹਦਾ ਭਰਾ ਹੀ ਸਕਾ ਜੀ, ਛੋਟਾ ਭਰਾ ਉਹਦਾ, ਅਜੇ ਉਹਦਾ ਨਾਂ ਹੀਰਾ। ਹਾਂਜੀ ਹਾਂਜੀ, ਦੋਵੇਂ ਸਕੇ ਭਰਾ ਨੇ ਜੀ। ਸੁਮਨ ਜਿਹੜੀ ਕੁੜੀ ਹੈ ਨਾ, ਜਿਹੜੀ ਮਤਲਬ ਉਹਦੇ ਨਾਲ ਰਿਲੇਸ਼ਨ ਰੱਖਦੀ ਵੱਡੇ ਨਾਲ, ਉਹਨੇ ਲੜਾਈ ਲਵਾਈ ਹੈ, ਉਹ ਲੜਾਈ ਲਵਾਉਣ ਤੋਂ ਬਾਅਦ ਚਲੀ ਗਈ ਇੱਥੋਂ। ਵਿਆਹ ਦਾ ਸੀ ਉਹਦਾ, ਮਤਲਬ ਸਾਡੇ ਸੜਾ ਹੋ ਗਏ ਦਾ ਸੀ, ਇਹ ਉਦੇ ਉਹਦੇ ਨਾਲ ਰਹਿੰਦੀ ਸੀ, ਉਹ ਕੈਂਪ ਦੀ ਆ, ਇਹ ਰੈਮਸੀ ਦੇ ਘਰ ਦੇ ਲਾਗੇ ਉਹਦਾ ਘਰ ਆ ਜੀ। 35-37 ਸਾਲ ਉਮਰ ਸਾਡੇ ਜੇ ਤਾਂ। ਹਾਂਜੀ, ਬੱਚਾ ਉਹਦਾ ਇੱਕ ਮੁੰਡਾ ਸੀ, ਉਹਦੀ ਨਾਲ ਦੀ ਲੈ ਗਈ ਉਹਦਾ ਤਲਾਕ ਹੋਣ ਤੋਂ ਬਾਅਦ। ਆਹੋ, ਉਹਦਾ ਛੋਟਾ ਭਰਾ ਵਾ, ਉਹ ਵੀ ਵਿਆਹ ਸਰ, ਉਹਦੀ ਵਾਈਫ ਵੀ ਇੱਥੇ ਸੀ ਸਰ। ਉਹਦੀ ਵਾਈਫ ਜਦੋਂ ਉਹ ਮੈਨੂੰ ਮਾਰਿਆ ਨਿਕਲ ਗਈ ਆ, ਉਹ ਕੋਠੇ ਤੋਂ ਲੈ ਕੇ ਦਾਤਰ ਦੂਤਰ ਮਤਲਬ ਛਪਾਇਆ ਜਾਂ ਕੀ ਕੀਤਾ ਵਾ, ਉਹ ਬਾਅਦ ਤਾਲਾ ਮਾਰ ਗਿਆ। ਕਾਫੀ ਹੁੰਦਾ ਰਿਹਾ ਸਰ, ਮੂੰਹ ਪਲਾਵਾ ਹੁੰਦਾ ਰਿਹਾ ਸਰ, ਉਦੋਂ ਇੰਨਾ ਕੰਮ ਨਹੀਂ ਕਦੇ ਵਧਿਆ ਹੈਗਾ, ਅੱਗੇ ਕਾਫੀ ਤਿਆਰ ਹੁੰਦਾ ਰਿਹਾ ਲੜਾਈ ਝਗੜੇ। ਇਤਲਾਹ ਆਈ ਸੀ ਕਿ ਗਾਂਧੀ ਕੈਂਪ ਬ੍ਰਦਰ ਦੋ ਲੜੇ ਨੇ ਅਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ। ਅਸੀਂ ਜਸਟ ਮੌਕੇ 'ਤੇ ਪਹੁੰਚੇ ਹੀ ਹਾਂ ਅਤੇ ਦੇਖ ਰਹੇ ਹਾਂ ਅਤੇ ਜਿਹੜਾ ਕ੍ਰਾਈਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ, ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ, ਅਤੇ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਜੀ ਕੀ ਪਤਾ ਚੱਲਿਆ ਸਰ, ਕਿਸ ਕਾਰਨ ਝਗੜਾ ਹੋਇਆ। ਨਹੀਂ, ਜਸਟ ਅਜੇ ਪਹੁੰਚੇ ਹੀ ਹਾਂ ਜੀ, ਅਜੇ ਦੇਖਦੇ ਹਾਂ ਸਰ ਕੀ ਗੱਲ ਹੋਈ। ਥੈਂਕ ਯੂ।